ਜੀ ਖਾਰਾ ਸਾਹਿਬ, ਅੱਜ ਕੀ ਕੁਝ ਹੋਇਆ ਅਦਾਲਤ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ? ਦੇਖੋ ਸਰ, ਅੱਜ ਜੋ ਸੈਂਸਰ ਬੋਰਡ ਵੱਲੋਂ ਅਤੇ ਜੋ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਹੈ, ਗਵਰਨਮੈਂਟ ਆਫ ਇੰਡੀਆ ਵੱਲੋਂ ਜੋ ਵਕੀਲ ਸਾਹਿਬਾਨ ਪੇਸ਼ ਹੋਏ ਸੀ, ਉਹਨਾਂ ਨੇ ਜੱਜ ਸਾਹਿਬ ਦੇ ਸਾਹਮਣੇ ਬਿਆਨ ਦਿੱਤਾ, ਇਹ ਸਟੇਟਮੈਂਟ ਰਿਕਾਰਡ ਕਰਾਈ ਹੈ ਕਿ ਜੋ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਹਾਲੇ ਨਹੀਂ ਕਲੀਅਰ ਕੀਤਾ ਤੇ ਜੇ ਕੋਈ ਸਰਟੀਫਿਕੇਟ ਦਿੱਤਾ ਵੀ ਜਾਵੇਗਾ ਤਾਂ ਉਸਦੇ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਹੋਵੇਗੀ ਫਿਲਮ ਦੇ ਵਿੱਚ ਜਿਸ ਨਾਲ ਕੋਈ ਫਿਰਕਾ ਪ੍ਰਸਤੀ ਭਾਵਨਾ ਹੋਵੇ ਤੇ ਕੋਈ ਵੀ ਇਹੋ ਜਿਹੀ ਸੀਨ ਨਹੀਂ ਦਿਖਾਏ ਜਾਣਗੇ ਜਿਸ ਨਾਲ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਆਹਤ ਹੋਣ। ਤਾਂ ਉਸ ਤੋਂ ਬਾਅਦ ਜੱਜ ਸਾਹਿਬ ਨੇ ਸਾਨੂੰ ਵੀ ਇਹ ਗੱਲ ਆਖੀ ਸੀ ਵੀ ਜੇ ਕੋਈ ਇਹੋ ਜਿਹਾ ਸਰਟੀਫਿਕੇਟ ਹੁੰਦਾ ਹੈ ਤਾਂ ਤੁਸੀਂ ਉਸ ਤੋਂ ਬਾਅਦ ਜੇ ਫਿਲਮ ਰਿਲੀਜ਼ ਹੁੰਦੀ ਹੈ ਇਹੋ ਜਿਹੇ ਸੀਨ ਦੇ ਨਾਲ ਤਾਂ ਤੁਸੀਂ ਮੋੜ ਤੋਂ ਹਾਈ ਕੋਰਟ ਆ ਸਕਦੇ ਹੋ ਅਤੇ ਜੋ ਰਿਵਾਈਜ਼ਿੰਗ ਕਮੇਟੀ ਹੈ ਸੈਂਸਰ ਬੋਰਡ ਦੀ ਉਸ ਕੋਲ ਵੀ ਜਾ ਸਕਦੇ ਹੋ ਜੀ। ਜੀ ਜੀ ਸਰ, ਫਿਰ ਆਪਾਂ ਇਹਦੇ ਬਾਰੇ ਕੀ ਮੰਨ ਸਕਦੇ ਹਾਂ ਕਿ ਜਿਹੜਾ ਆਰਡਰ ਅੱਜ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਜਿਹੜੀ ਫਿਲਮ ਰਿਲੀਜ਼ ਡੇਟ ਆ ਉਹ ਵੀ ਚੇਂਜ ਹੋ ਸਕਦੀ ਹੈ? ਦੇਖੋ ਇਹ ਦੇਖੋ ਇੱਕ ਚੀਜ਼ ਤਾਂ ਮੈਨੂੰ ਲੱਗਦਾ ਹੈ ਵੀ ਜੋ ਜੱਜ ਸਾਹਿਬ ਨੇ ਆਰਡਰ ਦਿੱਤਾ ਹੈ ਉਸ ਤੋਂ ਮੈਨੂੰ ਲੱਗਦਾ ਹੈ ਵੀ ਜਿਹੜੇ ਵਿੱਚ ਸੀਨ ਨੇ ਟ੍ਰੇਲਰ ਦੇ ਵਿੱਚ ਜਿਹੜੇ ਫਿਰਕਾ ਪ੍ਰਸਤੀ ਫੈਲਾਉਂਦੇ ਨੇ ਤੇ ਸਿੱਖਾਂ ਨੂੰ ਇੱਕ ਐਂਟੀ ਨੈਰੇਟਿਵ ਚਲਾਉਂਦੇ ਨੇ ਸਿੱਖਾਂ ਦੇ ਤੇ ਜੋ ਦੋ ਭਾਈਚਾਰਿਆਂ ਨੂੰ ਆਪਸ 'ਚ ਲੜਾਉਂਦੇ ਨੇ ਉਹ ਸੀਨ ਫਿਲਮ ਵਿੱਚ ਨਹੀਂ ਹੋਣਗੇ। ਤਾਂ ਉਸ ਤੋਂ ਮੈਨੂੰ ਲੱਗਦਾ ਹੈ ਵੀ ਜਿਹੜਾ ਉਹ ਸੀਨ ਦੇ ਵਿੱਚ ਫਿਲਮ ਦੇ ਵਿੱਚ ਸੀਨ ਕੱਟੇ ਜਾਣਗੇ ਤੇ ਉਸ ਤੋਂ ਬਾਅਦ ਫਿਲਮ ਚਲਾਈ ਜਾਵੇਗੀ। ਜੀ ਸਰ, ਇੱਕ ਮੈਂ ਤੁਹਾਡੇ ਤੋਂ ਬਿਓਂਡ ਦਾ ਦੇ ਇਹਦੇ ਬਾਰੇ ਗੱਲ ਕਰਨਾ ਚਾਹਾਂਗਾ ਕਿ ਜਿਵੇਂ ਤੇਲੰਗਾਨਾ ਸਰਕਾਰ ਵੱਲੋਂ ਵੀ ਸਿੱਖ ਸੰਸਥਾਵਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਅਸੀਂ ਇਸ ਦੇ ਉੱਤੇ ਪੂਰੀ ਜਾਂਚ ਕਰਕੇ ਹੀ ਫਿਲਮ ਲੱਗਣ ਦੇਵਾਂਗੇ, ਕੀ ਤੁਹਾਨੂੰ ਨਹੀਂ ਲੱਗਦਾ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਸੀਗਾ ਕਿ ਤੁਹਾਨੂੰ PIL ਪਾਉਣ ਦੀ ਨਾ ਪੈਂਦੀ ਲੋੜ ਨਾ ਪੈਂਦੀ? ਬਿਲਕੁਲ ਸਹੀ ਗੱਲ ਹੈ ਜੀ, ਅਸੀਂ ਤਾਂ ਜਿਹੜੇ ਸਾਡੇ ਇਸ PIL 'ਚ ਮਦਈ ਨੇ, ਪਟੀਸ਼ਨਰ ਨੇ ਸਰਦਾਰ ਗੁਰਿੰਦਰ ਸਿੰਘ ਖਾਲਸਾ ਤੇ ਸਰਦਾਰ ਜਗਮੋਹਨ ਸਿੰਘ ਖਾਲਸਾ ਜੀ, ਉਹਨਾਂ ਨੇ ਜਦੋਂ ਫਿਲਮ ਟ੍ਰੇਲਰ ਰਿਲੀਜ਼ ਹੋਇਆ ਸੀ ਉਦੋਂ ਹੀ ਇਹ ਪਾ ਦਿੱਤਾ ਸੀ, ਅਰਜ਼ੀਆਂ ਲਿਖ ਦਿੱਤੀਆਂ ਸੀ ਪੰਜਾਬ ਸਰਕਾਰ ਨੂੰ, ਗ੍ਰਹਿ ਵਿਭਾਗ ਨੂੰ, DGP ਪੰਜਾਬ ਨੂੰ ਕਿ ਇਹਨਾਂ ਬੰਦਿਆਂ ਤੇ ਐਕਸ਼ਨ ਹੋਵੇ ਤੇ ਫਿਲਮ ਤੇ ਰੋਕ ਹੋਵੇ ਜੀ। ਪਰ ਦੇਖੋ ਅੱਜ ਉਹਨਾਂ ਅਰਜ਼ੀਆਂ ਲਿਖਿਆ ਨੂੰ ਵੀ 10 ਦਿਨ ਹੋ ਚੁੱਕੇ ਨੇ ਤੇ ਪੰਜਾਬ ਸਰਕਾਰ ਤੇ ਕੁਛ ਐਕਸ਼ਨ ਨਹੀਂ ਲਿਆ ਉਹਨਾਂ ਨੂੰ ਜੀ, ਫਿਰ ਸਾਨੂੰ ਅੱਕ ਥੱਕ ਕੇ ਸਾਨੂੰ ਮਾਨਯੋਗ ਹਾਈਕੋਰਟ ਵੱਲ ਰੁਖ ਕਰਨਾ ਪਿਆ ਤੇ ਅੱਜ ਦੇ ਆਰਡਰ ਤੋਂ ਸਾਨੂੰ ਲੱਗ ਰਿਹਾ ਵੀ ਅਸੀਂ ਇਸ ਚੀਜ਼ 'ਚ ਕਾਮਯਾਬ ਹੋਏ ਹਾਂ ਤੇ ਜਿਹੜੇ ਉਹ ਸੀਨ ਨੇ ਗਲਤ ਸੀਨ ਨੇ ਉਹ ਕੱਟੇ ਜਾਣਗੇ ਤੇ ਉਸ ਤੋਂ ਬਾਅਦ ਫਿਲਮ ਰਿਲੀਜ਼ ਹੋਵੇਗੀ ਤੇ ਸਾਨੂੰ ਜੇ ਨਹੀਂ ਵੀ ਕੱਟੇ ਜਾਂਦੇ ਤਾਂ ਅਸੀਂ ਮਾਨਯੋਗ ਹਾਈਕੋਰਟ ਵੱਲ ਦੁਬਾਰਾ ਰੁਖ ਕਰਾਂਗੇ ਤੇ ਸਾਨੂੰ ਇਨਸਾਫ਼ ਮਿਲੇਗਾ, ਸਾਨੂੰ ਇਸ ਚੀਜ਼ ਦਾ ਨਿਸ਼ਚੈ ਹੈ ਜੀ। ਜੀ ਜੀ ਸਰ, ਅਗਲੀ ਸੁਣਵਾਈ ਕਿਸ ਦਿਨ ਹੋਵੇਗੀ? ਹਾਲੇ ਤਾਂ ਕੋਈ ਉਸਦੀ ਡੇਟ ਨਹੀਂ ਤੈਅ ਕੀਤੀ ਗਈ ਜੀ, ਹਾਲੇ ਤਾਂ ਜੋ ਸੈਂਸਰ ਬੋਰਡ ਨੇ ਦੇਖਣਾ ਵੀ ਉਹਨੇ ਕੀ ਕਰਨਾ ਹੈ ਜੀ।